ਚਲ ਬਸ ਹੋ ਗਈ ਐਂਟਰੀ ਹੁਣ ਹੋਰ ਬਈ ਗੁੱਡ ਈਵਨਿੰਗ ਦੋਸਤੋ ਕੀ ਹਾਲ ਹੈ ਸਾਰਿਆਂ ਦਾ ਅੱਜ ਅਸੀਂ ਇੱਥੇ ਗੁਰਸੇਵਕ ਦੇ ਘਰ ਆਏ ਹਾਂ ਠੀਕ ਹੈ ਸੋ ਸਾਡੇ ਨਾਲ ਮਿਸਟਰ ਹੈਪੀ ਜੀ ਹੈਪੀ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਹੈਪੀ ਜੀ ਤੁਸੀਂ ਜਾਦੂ ਤੇ ਵਿਸ਼ਵਾਸ ਕਰਦੇ ਹੋ ਜੀ ਨਹੀਂ ਨਹੀਂ ਕਰਦੇ ਸੋ ਸਾਡੇ ਹੈਪੀ ਜੀ ਸਾਡੇ ਨਾਲ ਹੈ ਜੋ ਕਿ ਜਾਦੂ ਤੇ ਵਿਸ਼ਵਾਸ ਨਹੀਂ ਕਰਦੇ ਹੈਪੀ ਜੀ ਮੈਂ ਕੁਵੈਤ ਵਿੱਚ 2 ਸਾਲ ਜਾਦੂ ਦਾ ਕੋਰਸ ਕਰਕੇ ਆਇਆ ਜੀ ਠੀਕ ਹੈ ਤੋ ਆਪਾਂ ਜਾਦੂ ਅੱਜ ਤੁਹਾਨੂੰ ਦਿਖਾਵਾਂਗੇ ਤੁਸੀਂ ਬਿਲਕੁਲ ਉਹਦੇ ਤੇ ਵਿਸ਼ਵਾਸ ਕਰੋਗੇ ਇੰਨਾ ਕਰੋਗੇ ਤੋ ਜੀ ਮਤਲਬ ਕਿ ਵੀ ਪਸੀਨੇ ਨਾਲ ਤੁਹਾਡੀਆਂ ਅੱਖਾਂ ਚੋਂ ਪਾਣੀ ਨਿਕਲ ਆਏਗਾ ਤੁਸੀਂ ਵੀ ਦੇਖ ਲਓ ਇੱਕ 2 ਰੁਪਈਏ ਦਾ ਸਿੱਕਾ ਜਿਹੜਾ ਗੁਰਸੇਵਕ ਕੋਲੋਂ ਮਿਲਿਆ ਠੀਕ ਹੈ 2 ਰੁਪਏ ਦਾ ਸਿੱਕਾ ਠੀਕ ਹੈ ਠੀਕ ਹੈ ਹੱਥ ਮੇਰੇ ਖਾਲੀ ਹੈ ਜੀ ਦੇਖੋ ਇੱਕ ਆਪਾਂ ਪਾਣੀ ਦੀ ਬੋਤਲ ਲੈ ਕੇ ਰੱਖੀ ਹੈ ਠੀਕ ਹੈ ਜੀ ਪਾਣੀ ਦੀ ਬੋਤਲ ਲੈ ਕੇ ਰੱਖੀ ਹੈ ਤੇ ਇਹ ਸਿੱਕਾ ਪਾਣੀ ਦੀ ਬੋਤਲ ਦੇ ਨੀਚੇ ਰੱਖਿਆ ਜਾਏਗਾ ਤੁਸੀਂ ਚੈੱਕ ਕਰ ਸਕਦੇ ਜੀ ਪਾਣੀ ਦੀ ਬੋਤਲ ਥੱਲੇ ਕੋਈ ਸ਼ੇਕ ਤਾਂ ਨਹੀਂ ਕੀਤਾ ਹੋਇਆ ਮੈਂ ਦਿਖਾਉਣਾ ਠੀਕ ਹੈ ਜੀ ਗੌਰ ਨਾਲ ਦੇਖ ਲਓ ਜੀ ਕੋਈ ਸ਼ੇਕ ਨਹੀਂ ਕੀਤਾ ਹੋਇਆ ਸਿੱਕਾ ਹੈ ਸਿੱਕਾ ਅਸੀਂ ਨੀਚੇ ਰੱਖਦੇ ਹਾਂ ਜੀ ਗੁਰਸੇਵਕ ਜੀ ਕੈਮਰਾ ਲੈ ਕੇ ਆਓ ਸਿੱਕਾ ਅਸੀਂ ਨੀਚੇ ਰੱਖਦੇ ਹਾਂ ਇਹਦੇ ਉੱਪਰ ਅਸੀਂ ਬੋਤਲ ਰੱਖਦੇ ਹਾਂ ਬੋਤਲ ਬਿਲਕੁਲ ਖਾਲੀ ਹੈ ਬੋਤਲ 'ਚ ਕੋਈ ਸਿੱਕਾ ਨਹੀਂ ਹੈ ਤੁਹਾਡੇ ਸਾਹਮਣੇ ਹੈ ਕੱਪੜਾ ਤਾਂ ਠੀਕ ਹੈ ਨਹੀਂ ਕੋਈ ਨਹੀਂ ਓਕੇ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ ਅਤੇ ਦੇਖਦਿਆਂ ਹੀ ਦੇਖਦਿਆਂ ਇਹ ਸਿੱਕਾ ਆਪਣੇ ਆਪ ਬੋਤਲ ਦੇ ਵਿੱਚ ਕਿਆ ਬਾਤ ਚਲਾ ਜਾਏਗਾ ਠੀਕ ਹੈ ਜੇ ਨਾ ਮੈਨੂੰ ਪਤਾ ਹੈ ਬਹੁਤ ਲੋਕਾਂ ਨੇ ਇਹ ਚੀਜ਼ ਦੇਖੀ ਹੋਈ ਹੈ ਆਲਰੇਡੀ ਇਹ ਪਰ ਸਾਡੇ ਹੈਪੀ ਭਾਅ ਜੀ ਨੇ ਇਹ ਚੀਜ਼ ਨਹੀਂ ਦੇਖੀ ਹੋਈ ਠੀਕ ਹੈ ਨਾ ਠੀਕ ਹੈ ਇਹਦੇ 'ਚ ਕੋਈ ਹੱਸਣ ਵਾਲੀ ਗੱਲ ਨਹੀਂ ਠੀਕ ਹੈ ਨਾ ਇਹ ਜਾਦੂ ਕਈਆਂ ਨੂੰ ਆਉਂਦਾ ਹੋਏਗਾ ਕਈਆਂ ਨੂੰ ਨਹੀਂ ਆਉਂਦਾ ਜੇ ਉਹਨਾਂ ਨੂੰ ਨਹੀਂ ਆਉਂਦਾ ਚਲੋ ਸਿੱਖ ਹੋ ਗਿਆ ਪਰ ਜਿਹਨਾਂ ਨੂੰ ਆਉਂਦਾ ਆ ਮਨ 'ਚ ਹੱਸ ਲਓ ਯਾਰ ਇਹਦੇ ਅੱਜ ਹੁਣ ਲੱਗ ਗਿਆ ਮੇਰਾ ਗੁਰਦੇਵ ਜੀ ਹੈਪੀ ਭਾਅ ਜੀ ਮੈਂ ਸਿਰਫ ਥੋੜ੍ਹੇ ਜਿਹੇ 3 ਵਾਰੀ ਮੈਂ ਹੱਥ ਫੇਰਨਾ ਇਹਦੇ ਉੱਪਰ ਠੀਕ ਆ ਤੁਸੀਂ ਵਿੱਚ ਦੇਖਿਓ ਆਪਣੇ ਆਪ ਸਿੱਕਾ ਉੱਪਰ ਆ ਜਾਏਗਾ ਠੀਕ ਆ ਜੀ 1 2 3 ਦੇਖੋ ਗੌਰ ਨਾਲ ਜਲਦੀ ਦੇਖੋ ਉੱਪਰ ਦੇਖੋ 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 ਜਲਦੀ ਉੱਪਰ ਤੇ ਆ ਜਾਓ ਆ ਗਿਆ ਆ ਗਿਆ ਜਲਦੀ ਦੇਖੋ ਦੇਖੋ ਗੌਰ ਨਾਲ ਦੇਖੋ ਦੇਖੋ ਹੋ ਗਿਆ